ਵਾਹਿਗੁਰੂ ਸੁੱਖ ਰੱਖੇ 2022 ਚ ਸਿੱਧੂ ਮੂਸੇ ਵਾਲਾ ਖੜਾ ਹੋਊਗਾ ਮਾਨਸਾ ਜੇ ਇੱਥੇ ਹੀ ਧੱਕਾ ਚੱਲਦਾ ਰਿਹਾ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਟਾਰ ਕੈਚਰ ਪੰਜਾਬੀ ਚੈਨਲ ਤੇ। ਅੱਜ ਆਪਾਂ ਗੱਲ ਕਰਾਂਗੇ ਕਿਸਾਨਾਂ ਦੇ ਨਾਲ ਹੋ ਰਹੇ ਧੱਕੇ ਦੀ। ਦੋਸਤੋ ਜੇਕਰ ਆਪਾਂ ਦੇਖੀਏ ਤਾਂ 1970 ਦੇ ਵਿੱਚ ਕਣਕ ਦਾ ਰੇਟ 76 ਰੁਪਏ ਕੁਇੰਟਲ ਸੀ, ਜੋ ਕਿ 45 ਸਾਲ ਬਾਅਦ 1450 ਰੁਪਏ ਹੋ ਗਿਆ ਸੀ। ਮਤਲਬ ਕਿ 2015 ਦੇ ਵਿੱਚ ਇਸ ਦਾ ਰੇਟ 1450 ਰੁਪਏ ਕੁਇੰਟਲ ਸੀ। ਜੇਕਰ ਆਪਾਂ ਹੋਰ ਨੌਕਰੀਆਂ ਦੀ ਗੱਲ ਕਰੀਏ, ਉਹਨਾਂ ਦੀ ਬੇਸਿਕ ਤਨਖਾਹ ਹੀ ਚੈੱਕ ਕਰੀਏ ਤਾਂ ਉਹ 120 ਤੋਂ 150 ਗੁਣਾ ਤੱਕ ਵਧੀ ਹੈ। ਜੇਕਰ ਦੋਸਤੋ ਆਪਾਂ ਗੱਲ ਕਰੀਏ ਸਕੂਲ ਟੀਚਰਾਂ ਦੀ ਤਾਂ ਉਹਨਾਂ ਦੀ ਤਨਖਾਹ 280 ਤੋਂ 300 ਗੁਣਾ ਤੱਕ ਵੱਧ ਗਈ ਹੈ, ਤੇ ਜੋ ਕਾਲਜ ਦੇ ਪ੍ਰੋਫੈਸਰ ਨੇ ਉਹਨਾਂ ਦੀ ਤਨਖਾਹ 150 ਤੋਂ 170 ਗੁਣਾ ਤੱਕ ਵਧੀ ਹੈ ਇਹਨਾਂ 45 ਸਾਲਾਂ ਦੇ ਵਿੱਚ। ਪਰ ਜੇਕਰ ਆਪਾਂ ਇੱਕ ਕਿਸਾਨ ਦੀ ਇਨਕਮ ਮਾਪੀਏ ਕਣਕ ਅਤੇ ਝੋਨੇ ਦੇ ਮਾਪ ਦੇ ਵਿੱਚ ਤਾਂ ਉਸ ਦੇ ਵਿੱਚ ਸਿਰਫ 19 ਗੁਣਾ ਹੀ ਵਾਧਾ ਹੋਇਆ ਹੈ। ਦੋਸਤੋ ਤੁਹਾਡਾ ਇਸ ਦੇ ਬਾਰੇ ਕੀ ਵਿਚਾਰ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਦੋਸਤੋ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਪਤਾ ਹੀ ਨਹੀਂ ਕਿ ਕਿਸਾਨ ਰੋਸ ਕਿਸ ਗੱਲ ਦਾ ਕਰ ਰਿਹਾ ਹੈ, ਤਾਂ ਲੋਕਾਂ ਦਾ ਇਹ ਜਾਣਨਾ ਬਹੁਤ ਜ਼ਰੂਰੀ ਹੈ। ਕਿਸਾਨਾਂ ਦਾ ਇਹ ਰੋਸ ਆਰਡੀਨੈਂਸ ਬਿੱਲ ਨੂੰ ਲੈ ਕੇ ਹੈ, ਜਿਸ ਦੇ ਆਉਣ ਦੇ ਨਾਲ APMC ਖਤਮ ਹੋ ਰਹੀ, ਯਾਨੀ ਕਿ ਜੋ ਸਾਡੀ ਦਾਣਾ ਮੰਡੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਹੁਣ ਦਾਣਾ ਮੰਡੀਆਂ ਤੋਂ ਇਲਾਵਾ ਇਸ ਦੇ ਵਿੱਚ ਵੱਡੇ ਵੱਡੇ ਉਦਯੋਗਪਤੀ ਸ਼ਾਮਲ ਹੋਣਗੇ, ਤੇ ਸਰਕਾਰ ਦਾ ਕਹਿਣਾ ਹੈ ਕਿ ਤੁਸੀਂ ਮੰਡੀਆਂ ਤੋਂ ਇਲਾਵਾ ਅਨਾਜ ਵੱਡੇ ਵੱਡੇ ਉਦਯੋਗਪਤੀਆਂ ਨੂੰ ਵੀ ਵੇਚ ਸਕਦੇ ਹੋ। ਮਤਲਬ ਕਿ ਜਿੱਥੇ ਸਾਨੂੰ ਰੇਟ ਜ਼ਿਆਦਾ ਮਿਲੇਗਾ ਅਸੀਂ ਉੱਥੇ ਆਪਣੇ ਅਨਾਜ ਨੂੰ ਵੇਚ ਸਕਦੇ ਹਾਂ। ਤਾਂ ਦੋਸਤੋ ਇਸ ਚੀਜ਼ ਨੂੰ ਲੈ ਕੇ ਜੋ ਵੱਡੇ ਵੱਡੇ ਉਦਯੋਗਪਤੀ ਨੇ ਉਹ ਕੰਪੀਟੀਸ਼ਨ ਨੂੰ ਖਤਮ ਕਰਨ ਨੂੰ ਫਿਰਦੇ ਹਨ, ਅਤੇ ਜਦੋਂ ਇਹ ਕੰਪੀਟੀਸ਼ਨ ਖਤਮ ਹੋ ਜਾਵੇਗਾ ਤਾਂ ਇਹ ਆਪਣੀਆਂ ਮਨਮਾਨੀਆਂ ਕਰਨਗੇ। ਜਿਵੇਂ ਕਿ ਬਿਹਾਰ ਦੇ ਵਿੱਚ ਇਹ ਮਾਡਲ 2006 ਦੇ ਵਿੱਚ ਸਟਾਰਟ ਕੀਤਾ ਗਿਆ ਸੀ ਤੇ ਹੁਣ ਇਹ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਬਿਹਾਰ ਦੇ ਜੋ ਛੋਟੇ ਕਿਸਾਨ ਨੇ ਉਹ ਤਾਂ ਬੋਰੀ ਲਾਸ ਦੇ ਵਿੱਚ ਚਲੇ ਗਏ ਨੇ, ਅਤੇ ਜੋ ਵੱਡੇ ਕਿਸਾਨ ਨੇ ਉਹ ਆਪਣੀ ਫਸਲ ਨੂੰ ਸ਼ਹਿਰ ਦੇ ਵਿੱਚ ਜਾ ਕੇ ਵੇਚਦੇ ਹਨ। ਬਾਕੀ ਦੋਸਤੋ ਜਿੱਥੇ ਵੀ ਇਸ ਮਾਡਲ ਨੂੰ ਚਲਾਇਆ ਗਿਆ ਉੱਥੇ ਕਦੇ ਵੀ ਇਹ ਸਕਸੈਸਫੁਲ ਨਹੀਂ ਹੋਇਆ ਹੈ, ਤਾਂ ਇੱਥੋਂ ਪਤਾ ਲੱਗਦਾ ਕਿ ਕਿਸਾਨ ਠੀਕ ਹੀ ਕਹਿ ਰਿਹਾ ਹੈ। ਇਸ ਬਿੱਲ ਦਾ ਵਿਰੋਧ ਕਰਨ ਦੇ ਲਈ ਤਾਂ ਹੀ ਸਭ ਇੱਕਜੁੱਟ ਹੋਏ ਨੇ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ, ਜੱਸ ਬਾਜਵਾ, ਅੰਮ੍ਰਿਤ ਮਾਨ, ਆਰਨੇਤ ਅਤੇ ਹੋਰ ਬਹੁਤ ਸਾਰੇ ਕਲਾਕਾਰ ਜੋ ਕਿ ਇਸ ਬਿੱਲ ਦਾ ਵਿਰੋਧ ਕਰਨ ਦੇ ਲਈ ਲੱਗੇ ਹੋਏ ਨੇ, ਅਤੇ ਇਸ ਬਿੱਲ ਨੂੰ ਲੈ ਕੇ ਜਗ੍ਹਾ ਜਗ੍ਹਾ ਧਰਨੇ ਲਗਾਏ ਜਾ ਚੁੱਕੇ ਨੇ ਅਤੇ ਅੱਗੇ ਵੀ ਲਗਾਏ ਜਾ ਰਹੇ ਨੇ। ਸੁਣ ਦਿੱਲੀਏ ਇੱਕ ਵਾਰ ਨਿਕ ਤੈਨੂੰ ਜੇ ਹੱਥ ਪਾਵੇਂਗੀ ਸਾਡੇ ਪਰਨਿਆਂ ਤੇ ਉਹ ਤੇਰਾ ਤਖਤਾ ਦੇਣਾ ਪਲਟਿਆ ਤੇ ਕੀ ਨਹੀਂ ਕੱਲ ਮੁੱਕਣੀ ਨਹੀਂ ਧਰਨਿਆਂ ਤੇ ਆਉਣਾ ਨੂੰ ਹੀ ਕਮਾਨ ਨਾ ਸੁਣਿਆ ਰਾਜਧਾਨੀ ਹੈ ਤੁਹਾਡੀ ਨੂੰ ਹੋ ਆਈ ਤੇ ਜੱਟ ਆਇਆ ਮਾੜਾ ਨਹੀਂ ਦੱਸਦੇ ਜਾ ਕੇ ਮੋਟੀ ਨੂੰ। ਇਸ ਬਿੱਲ ਦੇ ਵਿਰੋਧ ਲਈ ਆਪਾਂ ਹੁਣ ਇਹੀ ਕਹਿਣਾ ਚਾਹਾਂਗੇ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੁੱਦੇ ਤੇ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੀ ਕਿਸਾਨੀ ਨੂੰ ਬਚਾਇਆ ਜਾ ਸਕੇ।